संदीप चलो संदीप कौर जी हो जाओ शुरू सब तो पहला मैं ऐ जो बिठाल के रखे है सारे गाने तुम देख सकते हो ए ने जी मेरे मासी जी ਤੁਸੀਂ ਇਹਨਾਂ ਨੂੰ ਵੀ ਵੀਡੀਓ 'ਚ ਵੇਖਿਆ ਹੋਵੇਗਾ ਕਿਹੜੀ ਵੀਡੀਓ ਸੀ ਉਹ ਗਲਤੀ ਨਹੀਂ ਨਹੀਂ ਗਲਤੀ ਨਹੀਂ ਮਾਨੂੰ ਇੱਧਰ ਯਾਦ ਜੇ ਉਹ 'ਚ ਮੇਰੇ ਮੰਮੀ ਬਣੇ ਨੇ ਇਹ ਨੇ ਮੇਰੇ ਮਾਸੀ ਜੀ ਅਤੇ ਇਹ ਨੇ ਇਹਨਾਂ ਦੇ ਬੇਟੇ ਗੁਰਪਿੰਦਰ ਵੀਰ ਜੀ ਮੇਰੀ ਮਾਸੀ ਜੀ ਦਾ ਬੇਟਾ ਅਤੇ ਇਹ ਜੌਬ ਕਰਦੇ ਨੇ ਆਰਮੀ 'ਚ ਫੌਜ ਵਿੱਚ ਨੇ ਬਾਕੀ ਥੋੜ੍ਹੇ ਟਾਈਮ ਤੱਕ ਜੇ ਤੁਸੀਂ ਕਹੋਗੇ ਅਸੀਂ ਇਹਨਾਂ ਨੂੰ ਵੀ ਲਿਆਵਾਂਗੇ ਵੀਡੀਓ 'ਚ ਕਿਉਂਕਿ ਰਿਟਾਇਰ ਹੋਣ ਵਾਲੇ ਨੇ ਹਾਂਜੀ ਜਿੱਦਾਂ ਤੁਸੀਂ ਕਹੋਗੇ ਉੱਦਾਂ ਹੀ ਹਾਂਜੀ ਅਤੇ ਆ ਜਾਓ ਜੀ ਅੱਗੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਜੇ ਇਹ ਕਿਹਦੀ ਭਾਬੀ ਆ ਇਹ ਮੇਰੀ ਭਾਬੀ ਆ खतरा सारे मेंबर बहुत वधिया वा अपनी जॉब ते भाजी चलो जो आए जॉब तो लिया कर ਤੇ ਸਾਨੂੰ ਆਪ ਹੀ ਮਤਲਬ ਕੀਤਾ ਸੀਗਾ ਕਿ ਅਸੀਂ ਆਫਰ ਕੀਤਾ ਸੀ ਕਿ ਅਸੀਂ ਕੰਮ ਨਾਲ ਕਰਨਾ ਚਾਹੁੰਦੇ ਹਾਂ ਤੁਹਾਡੇ ਅਸੀਂ ਕਿਹਾ ਜੀ ਸਦਕੇ ਆਓ ਜੀ ਅਤੇ ਚਲੋ ਉਦੋਂ ਪਹਿਲਾਂ ਸਾਡੀ ਟੀਮ ਸਾਡੇ ਨਾਲ ਸੀ ਜਦੋਂ ਇਹਨਾਂ ਨੂੰ ਆਪਾਂ ਨਾਲ ਲਾਇਆ ਪਰ ਚਲੋ ਬਾਅਦ ਵਿੱਚ ਉਹ ਟੀਮ ਫਿਰ ਤੁਹਾਨੂੰ ਪਤਾ ਹੀ ਆ ਹਨਾ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਅਤੇ ਇਹ ਫਿਰ ਹੌਲੀ ਹੌਲੀ ਸਾਡੇ ਨਾਲ ਹੁਣ ਇਹਨਾਂ ਨੂੰ ਆਪਾਂ ਉਹਨਾਂ ਦੀ ਜਗ੍ਹਾ ਦੇਵਾਂਗੇ ਬਾਕੀ ਭਾਬੀ ਜੀ ਨੂੰ ਪੁੱਛਦੇ ਹਾਂ ਤੁਹਾਨੂੰ ਕਿੱਦਾਂ ਦਾ ਲੱਗਦਾ ਸਾਡੇ ਨਾਲ ਕੰਮ ਕਰਕੇ ਬਹੁਤ ਵਧੀਆ ਬਹੁਤ ਇੰਜੋਇਮੈਂਟ ਕਰੀਦਾ ਬਾਕੀ ਤੁਹਾਡੇ ਪਿਆਰ ਜਿੱਦਾਂ ਕਰੈਕਟਰ ਦੇ ਹਿਸਾਬ ਦੇ ਨਾਲ ਅਸੀਂ ਜਿੱਦਾਂ ਅਗਲੇ ਦੇ ਰੋਲ ਦੇ ਹਿਸਾਬ ਦੇ ਨਾਲ ਕਰੈਕਟਰ ਕਰੀਦਾ ਆ ਇਸ ਦੇ ਅਕੋਰਡਿੰਗ ਹੋ ਜਾਂਦਾ ਕਰੀਦਾ ਆ ਨਾ ਕਿ ਰੋਲ ਤੋਂ ਐਕਟਿੰਗ ਦਾ ਪਤਾ ਲੱਗਦਾ ਹਾਂ ਮਤਲਬ ਉਹ ਆਪਾਂ ਐਕਟ ਕਰਦੇ ਆ ਉਹ ਤੁਸੀਂ ਸਾਡੀ ਲਾਈਫ ਦੇ ਨਾਲ ਨਾ ਜੋੜਿਆ ਕਰੋ ਹੁਣ ਜਿੱਦਾਂ ਸਾਰੇ ਨੇ ਕਿਹਾ ਸੀ ਤੂੰ ਥੱਲੇ ਕਰਦੇ ਚੱਲ ਭਾਬੀ ਜੀ ਗੱਲ ਵਿੱਚ ਲੱਗਦੀ ਜਿੱਦਾਂ ਸਾਰੇ ਨੇ ਕਿਹਾ ਸੀ ਕਿ ਪਛਤਾਵੇ ਦੇ ਵਿੱਚ ਸੰਦੀਪ ਨੂੰ ਨਨਾਣ ਹੋਣਾ ਚਾਹੀਦਾ ਸੀ ਤੇ ਮੈਨੂੰ ਮਤਲਬ ਕਿ ਉਹ ਬਣਾ ਜਾਈ पर ਉਹ ਆਪਾਂ ਇਦਾਂ ਨਹੀਂ ਕਰਦੇ ਕਿਉਂਕਿ ਫਿਰ ਸਾਰਾ ਡਿਪਰੈਸ਼ਨ ਜਿਹੜਾ ਆ ਇਹਨਾਂ ਤੇ ਜਾਂਦਾ ਆ ਕਿਉਂਕਿ ਪਤਾ ਕੀ ਗੱਲ ਆ ਪ੍ਰੀਤ ਲਗਾਤਾਰ ਹੀ ਨੈਗੇਟਿਵ ਰੋਲ ਕਰ ਕਰਕੇ ਨੈਗੇਟਿਵ ਰੋਲ ਕਰਕੇ ਨਾ ਫਿਰ ਮੁੜ ਕੇ ਇਮੇਜ ਹੀ ਉਦਾਂ ਦੀ ਬਣ ਜਾਂਦੀ ਆ ਪਰ ਅਸੀਂ ਇਦਾਂ ਨਹੀਂ ਚਾਹੁੰਦੇ ਮੇਰਾ ਤਾਂ ਖੁਦ ਬੜਾ ਜੀ ਕਰਦਾ ਨੈਗੇਟਿਵ ਰੋਲ ਕਰਨ ਨੂੰ ਮੇਰਾ ਵੀ ਦਿਲ ਕਰਦਾ ਕਦੀ ਕੋਈ ਨਵੀਂ ਵੀਡੀਓ ਜਦੋਂ ਸਟਾਰਟ ਹੁੰਦੀ ਆ ਨਾ ਤੇ ਮੇਰੀ ਤੇ ਵਿੱਕੀ ਦੀ ਇਸੇ ਗੱਲ ਦੀ ਲੜਾਈ ਹੁੰਦੀ ਆ ਵੀ ਨੈਗੇਟਿਵ ਮੈਂ ਕਰਨਾ ਵਾ ਇਹਨੇ ਆਖਣਾ ਨੈਗੇਟਿਵ ਮੈਂ ਕਰਨਾ ਵਾ ਤੇ ਤਕਰੀਬਨ ਜਿਹੜਾ ਨਾ ਮੁੜ ਕੇ ਨੈਗੇਟਿਵ ਲੈ ਇਹ ਜਾਂਦੇ ਨੇ ਸਗੋਂ ਏਜ ਦੇ ਅਕੋਰਡਿੰਗ ਵੀ ਹੁੰਦਾ ਵਾ ਨਾ ਨੈਗੇਟਿਵ ਰੋਲ ਥੋੜਾ ਜਿਹਾ ਏਜ ਦੇ ਹਿਸਾਬ ਨਾਲ ਕਿਉਂਕਿ ਹੁਣ ਜਿਹੜਾ ਅਸੀਂ ਪਛਤਾਵਾ ਦੇ ਵਿੱਚ ਸੰਦੀਪ ਨੂੰ ਵੱਡੀ ਬਣਾਇਆ ਵਾ ਵਿੱਕੀ ਨੂੰ ਛੋਟਾ ਬਣਾਇਆ ਵਾ ਇਸ ਕਰਕੇ ਇਹ ਜ਼ਰੂਰੀ ਹੋ ਜਾਂਦਾ ਵਾ ਤੇ ਬਾਕੀ ਇਹ ਪ੍ਰੋਫੈਸ਼ਨਲ ਤੇ ਹੈ ਨਹੀਂ ਆ ਅਸੀਂ ਸਿਰਫ ਉੱਡਦੇ ਫਿਰਦੇ ਆ ਤੁਹਾਡੇ ਸਾਰਿਆਂ ਦੇ ਪਿਆਰ ਦੇ ਆਸਰੇ ਬਾਕੀ ਸਾਡੇ ਪੱਲੇ ਕੁਝ ਨਹੀਂ ਹੈਗਾ ਬਿਲਕੁਲ ਹੀ ਤੁਸੀਂ ਆਮ ਹੀ ਵੇਖਿਆ ਵਾ ਨਾਰਮਲ ਵੀ ਇਦਾਂ ਦੇ ਆ ਤੇ ਕਈ ਜਿਹੜੇ ਵੀਰ ਭਰਾ ਭੈਣਾਂ ਮਿਲਦੇ ਆ ਤੇ ਉਹ ਮਿਲਣ ਤੋਂ ਬਾਅਦ ਵਿੱਚ ਵੀ ਅਸੀਂ ਉਦਾਂ ਦੇ ਹੀ ਆ ਘਰ ਵੀ ਆਉਂਦੇ ਨੇ ਮਿਲਣ ਵਾਲੇ ਤੇ ਅਸੀਂ ਬਿਲਕੁਲ ਸਿੰਪਲੀ ਉਦਾਂ ਦੇ ਹੀ ਆ ਇਹੋ ਜਿਹੀ ਕੋਈ ਵੀ ਗੱਲ ਨਹੀਂ ਹੈਗੀ ਜਿਹੜੇ ਸਾਨੂੰ ਮਿਲੇ ਹੋਣਗੇ ਉਹਨਾਂ ਨੇ ਇਹ ਚੀਜ਼ ਨੂੰ ਜੱਜ ਕੀਤਾ ਹੋਊਗਾ ਤੇ
ਹੌਸਲਾ ਵੱਧਦਾ ਆ ਕਿ ਸਹੀ ਗੱਲ ਆ ਯਾਰ ਜੇ ਇਹਨਾਂ ਨੂੰ ਕੁਝ ਸਹੀ ਲੱਗਦਾ ਆ ਜੇ ਇਹਨਾਂ ਨੂੰ ਪਸੰਦ ਆਉਂਦਾ ਆ ਸਾਡਾ ਇਹ ਕੰਮ ਤੇ ਤਾਂ ਹੀ ਇਹ ਸਾਨੂੰ ਇੰਨਾ ਸਾਡੀ ਤਾਰੀਫ ਕਰਦੇ ਆ ਹਨਾ ਤੇ ਉਦੋਂ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਆ ਆਪਣੇ ਤੇ ਵੀ ਉਹਨਾਂ ਦੇ ਭਰਾਵਾਂ ਤੇ ਵੀ ਜਿਨ੍ਹਾਂ ਨੇ ਸਾਨੂੰ ਤਾਂ ਦਿੱਤੀ ਆ ਹਨਾ ਇਧਰ ਮਿਲੋ ਸਾਡੇ ਮਾਣੇ ਦੇ ਨਾਲ ਇਹ ਵੀ ਕੁਝ ਕਹਿਣਾ ਚਾਹੇਗਾ ਤੁਹਾਨੂੰ ਮਾਣੇ ਓਏ ਕੁਝ ਕਹਿਣਾ ਕੁਝ ਕਹਿਣਾ ਚਾਹੋਗੇ ਤੁਸੀਂ अपने कोशिश करने की कैमरे सामने एक्ट करना पर कम जी एक बार कैमरे के सामने मेनू चंडीगढ़ तो एक वैब सीरीज का ऑफर आया ही देसी जे बंदे का रोल करना ही मेरे लिए वैब सीरीज का चंडीगढ़ तो मेनु आया ही ऑफर तो मैं सिर्फ यो कह के मना कर दिता कि एक तो उत्थे जाना फिर अपना इतों का काम जरा चैनल का वह भी डाउन जाना तो दूसरा मैनू पता कि उन्होंने लैवल का साडा काम नहीं है अं बिल्कुल देसी पिंड वाले है ना तो नॉर्मल गल वाले आ सिर्फ साढ़िया नॉर्मल नॉर्मलनैस में ही पसंद कर दिता इस करके अं जे अगे वे जा रहे हैं अदरवाइज अं कुछ नहीं है सिर्फ शुरुआत है ਤੁਸੀਂ ਸਾਨੂੰ ਦੱਸਣਾ ਵਾ ਅਸੀਂ ਕੀ ਕਰਨਾ ਵਾ ਤੁਸੀਂ ਸਾਨੂੰ ਸਿਖਾਉਣਾ ਵਾ ਤੁਸੀਂ ਸਾਨੂੰ ਰਾਹ ਦਿਖਾਲਣਾ ਤੇ ਉਮੀਦ ਆ ਜੀ ਤੁਹਾਨੂੰ ਸਾਰਿਆਂ ਨੂੰ ਫੈਮਿਲੀ ਵੀ ਪਸੰਦ ਆਈ ਹੋਏਗੀ ਮੇਰੇ ਭਾਬੀ ਜੀ ਤੇ ਸੰਦੀਪ ਦੇ ਭਾਬੀ ਜੀ ਤੇ ਪਸੰਦ ਆਏ ਹੋਣਗੇ ਤੇ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਅੱਜ ਫਿਰ ਸਾਰੇ ਜਣੇ ਬਾਏ ਬਾਏ।